ਸਾਨੂੰ ਕੋਈ ਵੀ ਪਾਠ ਜਪਜੀ ਸਾਹਿਬ ਜੀ ਦਾ ਜਾਂ ਚੌਪਈ ਸਾਹਿਬ ਜੀ ਦਾ ਪਾਠ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਗੁਰ ਪਿਆਰਿਓ, ਅੱਜ ਅਸੀਂ ਗੱਲ ਕਰਾਂਗੇ ਕੜਾਹ ਪ੍ਰਸ਼ਾਦ ਬਾਰੇ। ਇਹ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਆਪਣੇ ਘਰ ਜਾਂ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਮਰਜ਼ੀ ਜਦੋਂ ਵੀ ਅਸੀਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ ਤਾਂ ਉਸ ਵੇਲੇ ਸਾਨੂੰ ਕਿਸ ਬਾਣੀ ਦਾ ਪਾਠ ਜਾਂ ਸਿਮਰਨ ਕਰਨਾ ਚਾਹੀਦਾ ਹੈ? ਇਹ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਕਈ ਵੀਰ ਕਈ ਭੈਣਾਂ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ ਨੇ, ਪਰ ਉਸ ਵੇਲੇ ਸਾਨੂੰ ਪਾਠ ਜਾਂ ਸਿਮਰਨ ਕਰਨਾ ਚਾਹੀਦਾ ਹੈ। ਅਤੇ ਸਾਨੂੰ ਕਿਹੜਾ ਪਾਠ ਜਾਂ ਕਿਹੜਾ ਸਿਮਰਨ ਉਸ ਵੇਲੇ ਕਰਨਾ ਚਾਹੀਦਾ ਹੈ, ਇਸ ਵੀਡੀਓ ਦੇ ਵਿੱਚ ਅਸੀਂ ਅੱਜ ਸਮਝਾਂਗੇ। ਗੁਰ ਪਿਆਰਿਓ, ਜਦੋਂ ਵੀ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹਾਂ ਤਾਂ ਸਾਡਾ ਇਹੀ ਮਨੋਰਥ ਹੁੰਦਾ ਹੈ ਕਿ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬੜੀ ਸੁਚਮਤਾ ਦੇ ਨਾਲ, ਪਵਿੱਤਰਤਾ ਦੇ ਨਾਲ ਬਣਾ ਕੇ ਗੁਰੂ ਸਾਹਿਬ ਜੀ ਨੂੰ ਭੇਟਾ ਕਰੀਏ। ਅਤੇ ਜਦੋਂ ਵੀ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ, ਸਭ ਤੋਂ ਪਹਿਲਾਂ ਜਿੱਥੇ ਅਸੀਂ ਦੇਗ ਬਣਾਉਣੀ ਹੈ ਉੱਥੇ ਚੁੱਲ੍ਹਾ ਚੌਕਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਨੰਬਰ 2, ਜਿਹੜੇ ਬਰਤਨਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਜਾਂਦੀ ਹੈ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਅਤੇ ਸਾਨੂੰ ਪਤਾ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪੰਚਾਮ੍ਰਿਤ ਵੀ ਕਿਹਾ ਜਾਂਦਾ ਹੈ, ਕਿਉਂਕਿ ਕੜਾਹ ਪ੍ਰਸ਼ਾਦ ਦੀ ਦੇਗ ਆਟਾ, ਘਿਓ, ਚੀਨੀ, ਅੱਗ ਅਤੇ ਪਾਣੀ ਦੇ ਨਾਲ ਬਣਾਈ ਜਾਂਦੀ ਹੈ, ਇਸ ਕਰਕੇ ਇਸ ਨੂੰ ਪੰਚਾਮ੍ਰਿਤ ਵੀ ਕਿਹਾ ਜਾਂਦਾ ਹੈ। ਅਤੇ ਕੜਾਹ ਪ੍ਰਸ਼ਾਦ ਦਾ ਇੱਕ ਵਿਸ਼ੇਸ਼ ਸਥਾਨ ਹੈ ਸਿੱਖ ਧਰਮ ਦੇ ਵਿੱਚ ਕਿ ਜਦੋਂ ਵੀ ਕੋਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਜੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਨਾਲ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਅਰਦਾਸ ਬੇਨਤੀ ਜ਼ਰੂਰ ਜ਼ਰੂਰ ਸਫਲ ਹੁੰਦੀ ਹੈ। ਇਹ ਸਿੱਖ ਧਰਮ ਵਿੱਚ ਪ੍ਰਮੁੱਖ ਹੈ, ਇਹ ਮੰਨਿਆ ਜਾਂਦਾ ਹੈ। ਅਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਕਈ ਵਾਰ ਅਸੀਂ ਵੇਖਦੇ ਹਾਂ ਕਿ ਕਈ ਵੀਰ ਭੈਣ ਗੱਲਾਂ ਬਾਤਾਂ ਕਰਦੇ ਨੇ, ਪਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਪਾਠ ਜਾਂ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ। ਅਤੇ ਕਿਹੜਾ ਪਾਠ ਅਸੀਂ ਕਰਨਾ ਹੈ ਉਹ ਅਸੀਂ ਅੱਜ ਬਹੁਤ ਸੌਖੇ ਢੰਗ ਦੇ ਨਾਲ ਸਮਝਾਂਗੇ। ਗੁਰ ਪਿਆਰਿਓ, ਜੇਕਰ ਆਪ ਜੀ ਦੇ ਜਪਜੀ ਸਾਹਿਬ ਜੀ ਦਾ ਪਾਠ ਕੰਠ ਹੈ, ਆਪ ਜੀ ਨੂੰ ਯਾਦ ਹੈ, ਤਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਸਾਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਜੇਕਰ ਸਾਨੂੰ ਜਪਜੀ ਸਾਹਿਬ ਜੀ ਦਾ ਪਾਠ ਯਾਦ ਨਹੀਂ, ਕੰਠ ਨਹੀਂ, ਤਾਂ ਅਸੀਂ ਚੌਪਈ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹਾਂ। ਅਤੇ ਜੇਕਰ ਸਾਨੂੰ ਚੌਪਈ ਸਾਹਿਬ ਜੀ ਦਾ ਪਾਠ ਵੀ ਕੰਠ ਨਹੀਂ ਹੈ, ਕਿਉਂਕਿ ਹੁੰਦਾ ਕਈ ਵੀਰ ਭੈਣਾਂ ਦਾ ਇਹ ਸਿਸਟਮ ਹੁੰਦਾ ਹੈ ਕਿ ਉਹ ਜਿੰਨਾ ਮਰਜ਼ੀ ਯਾਦ ਕਰੀ ਜਾਣ ਪਰ ਕੋਈ ਪਾਠ ਉਹਨਾਂ ਦਾ ਯਾਦ ਹੀ ਨਹੀਂ ਹੁੰਦਾ, ਅਤੇ ਫਿਰ ਉਹ ਭਾਵੇਂ ਜੇ ਜਪਜੀ ਸਾਹਿਬ ਜੀ ਦਾ ਪਾਠ ਯਾਦ ਹੈ ਉਹ ਕਰ ਲੈਣ, ਜੇ ਚੌਪਈ ਸਾਹਿਬ ਜੀ ਦਾ ਪਾਠ ਯਾਦ ਹੈ ਉਹ ਕਰ ਲੈਣ, ਜਾਂ ਫਿਰ ਕੋਈ ਗੁਰਬਾਣੀ ਦਾ ਕੋਈ ਸ਼ਬਦ ਉਹਨਾਂ ਨੂੰ ਯਾਦ ਹੈ, ਜਿਵੇਂ ਕਿ ਬਹੁਤੇ ਸ਼ਬਦ ਨੇ ਥਿਰ ਘਰ ਬੈਸੋ ਹਰਜਨ ਪਿਆਰੇ,
ਸਤਿਗੁਰ ਤੁਮਰੇ ਕਾਜ ਸਵਾਰੇ, ਇਸ ਤਰ੍ਹਾਂ ਦੇ ਸ਼ਬਦ ਜਾਂ ਸਤਿਗੁਰ ਮੇਰਾ ਰਖਵਾਲਾ ਹੋਵਾ, ਐਸੇ ਸ਼ਬਦ ਜਾਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਇੱਕ ਸ਼ਬਦ ਵੀ ਯਾਦ ਹੈ ਤਾਂ ਉਸ ਨੂੰ ਵੀ ਅਸੀਂ ਰਿਪੀਟ ਰਿਪੀਟ ਕਰ ਸਕਦੇ ਹਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ। ਅਤੇ ਇਸ ਤੋਂ ਵੱਧ ਜੇ ਸਾਨੂੰ ਕੋਈ ਗੁਰਬਾਣੀ ਦਾ ਇੱਕ ਸ਼ਬਦ ਵੀ ਯਾਦ ਨਹੀਂ ਤਾਂ ਫਿਰ ਅਸੀਂ ਜ਼ਿਆਦਾ ਨਹੀਂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਇਹ ਜਪਦੇ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਸਕਦੇ ਹਾਂ। ਗੁਰਪਿਆਰਿਓ, ਜੇ ਸਾਡੇ ਮੂਲ ਮੰਤਰ ਯਾਦ ਹੈ ਉਹ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਜਪ ਸਕਦੇ ਹਾਂ, ਜਾਂ ਪੰਜ ਪੌੜੀਆਂ ਜਪਜੀ ਸਾਹਿਬ ਜੀ ਦੀ ਯਾਦ ਨੇ ਉਹ ਅਸੀਂ ਜਪ ਸਕਦੇ ਹਾਂ। ਪੰਜ ਪੌੜੀਆਂ ਪੜ੍ਹ ਲਓ, ਦੁਬਾਰਾ ਫਿਰ ਰਿਪੀਟ ਕਰਦੇ ਰਹੋ, ਇਸ ਤਰ੍ਹਾਂ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ। ਅਤੇ ਗੁਰਪਿਆਰਿਓ, ਜੇ ਸਾਡੇ ਜਪਜੀ ਸਾਹਿਬ ਜੀ ਦਾ ਪਾਠ ਯਾਦ ਨਹੀਂ ਜਾਂ ਚੌਪਈ ਸਾਹਿਬ ਜੀ ਦਾ ਪਾਠ ਯਾਦ ਨਹੀਂ, ਸਾਨੂੰ ਉਸ ਵਿੱਚ ਭੁੱਲ ਚੁੱਕ ਹੋ ਸਕਦੀ ਹੈ, ਤਾਂ ਸਾਨੂੰ ਜਪਜੀ ਸਾਹਿਬ ਜੀ ਦਾ ਪਾਠ ਜਾਂ ਚੌਪਈ ਸਾਹਿਬ ਜੀ ਦਾ ਪਾਠ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਨਹੀਂ ਕਰਨਾ ਚਾਹੀਦਾ। ਜੇ ਸਾਨੂੰ ਯਾਦ ਨਹੀਂ ਜਾਂ ਅਸੀਂ ਪਾਠ ਦੇ ਵਿੱਚ ਅਸੀਂ ਪਾਠ ਭੁੱਲ ਸਕਦੇ ਹਾਂ ਸਾਨੂੰ ਲੱਗਦਾ ਹੈ, ਤਾਂ ਸਾਨੂੰ ਕੋਈ ਵੀ ਪਾਠ ਜਪਜੀ ਸਾਹਿਬ ਜੀ ਦਾ ਜਾਂ ਚੌਪਈ ਸਾਹਿਬ ਜੀ ਦਾ ਪਾਠ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਨਹੀਂ ਕਰਨਾ ਚਾਹੀਦਾ। ਜੇ ਸਾਨੂੰ ਯਾਦ ਹੈ ਤਾਂ ਹੀ ਸਾਨੂੰ ਇਹ ਪਾਠ ਕਰਨਾ ਚਾਹੀਦਾ, ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਅਸੀਂ ਜਪ ਸਕਦੇ ਹਾਂ ਜਾਂ ਮੂਲ ਮੰਤਰ ਜਪ ਸਕਦੇ ਹਾਂ ਜਾਂ ਪੰਜ ਪੌੜੀਆਂ ਜਪਜੀ ਸਾਹਿਬ ਜੀ ਦੀ ਰਿਪੀਟ ਕਰ ਸਕਦੇ ਹਾਂ ਵਾਰ ਵਾਰ। ਅਤੇ ਇਸ ਤਰ੍ਹਾਂ ਸਾਨੂੰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਏ ਇਹਨਾਂ ਬਾਣੀਆਂ ਦਾ ਜਾਪ ਕਰਨਾ ਹੈ। ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਜਪਜੀ ਸਾਹਿਬ ਜੀ ਦਾ ਪਾਠ ਹੋਵੇ, ਨਾ ਯਾਦ ਹੋਵੇ ਕੋਈ ਹੋਰ ਪਾਠ ਕਰ ਸਕਦੇ ਹਾਂ। ਕੋਈ ਪਾਠ ਵੀ ਯਾਦ ਨਾ ਹੋਵੇ ਤਾਂ ਵਾਹਿਗੁਰੂ ਵਾਹਿਗੁਰੂ ਤਾਂ ਅਸੀਂ ਕਰ ਹੀ ਸਕਦੇ ਹਾਂ। ਅਤੇ ਧਿਆਨ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ, ਇੱਧਰ ਉੱਧਰ ਧਿਆਨ ਨਹੀਂ ਹੋਣਾ ਚਾਹੀਦਾ ਹੈ। ਬੜੇ ਪਿਆਰ ਦੇ ਨਾਲ, ਬੜੇ ਇਕਾਗਰਤਾ ਦੇ ਨਾਲ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਚਾਹੀਦੀ ਹੈ। ਸੋ ਗੁਰਪਿਆਰਿਓ, ਅਸੀਂ ਅੱਜ ਸਮਝੇ ਹਾਂ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹੋਇਆਂ ਅਸੀਂ ਕਿਹੜਾ ਪਾਠ ਕਰਨਾ ਹੈ। ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਇਸ ਵੀਡੀਓ ਨੂੰ ਦੋਸਤਾਂ ਵੀਰਾਂ ਦੇ ਨਾਲ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਕਿਸੇ ਹੋਰ ਦਾ ਵੀ ਭਲਾ ਹੋ ਜਾਵੇ, ਉਹ ਵੀ ਫਿਰ ਆਪ ਜੀ ਨੂੰ ਦੁਆਵਾਂ ਦੇਵੇਗਾ। ਗੁਰੂ ਕਿਰਪਾ ਕਰੇ, ਗਲਤੀਆਂ ਭੁੱਲ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।